ਝੂਮਰ ਲਹਿੰਦੇ ਪੰਜਾਬ ਦਾ ਹਰਮਨ ਪਿਆਰਾ ਲੋਕ ਨਾਚ ਹੈ ਅਤੇ ਇਸ ਦਾ ਪ੍ਰਤੀਨਿਧ ਖੇਤਰ ਸਾਂਦਲਬਾਰ ਦਾ ਇਲਾਕਾ ਰਿਹਾ ਹੈ। ਰਾਵੀ ਅਤੇ ਚਨਾਹ ਦੇ ਦਰਮਿਆਨ ਦੇ ਇਲਾਕੇ ਵਿੱਚ ਵਸਦੇ ਲੋਕ ਝੂਮਰ ਗੱਤਣ ਲਈ ਰਾਵੀ ਦੇ ਕੰਢੇ ਜਾਂ ਜਿੱਥੇ ਮੱਝਾਂ ਗਾਈਆਂ ਭੇਡਾਂ ਬੱਕਰੀਆਂ ਚਾਰਦੇ ਚੰਨ ਚੰਨੀ ਰਾਤ ਵਿੱਚ ਆਪਣੇ ਮਨ ਪਰਚਾਵੇ ਲਈ ਇਹ ਨਾਚ ਕਰਦੇ ਜਾਂ ਉਹਨਾਂ ਦੇ ਘਰਾਂ ਵਿੱਚ ਵਿਆਹ ਸ਼ਾਦੀ ਦਾ ਮੌਕਾ ਹੋਵੇ। ਦੇਸ਼ ਦੀ ਵੰਡ ਤੋਂ ਪਹਿਲਾਂ ਇਸ ਲੋਕ ਨਾਚ ਨੂੰ ਕਈ ਕਬੀਲੇ ਆਪੋ ਆਪਣੇ ਢੰਗ ਨਾਲ ਨੱਚਦੇ ਸਨ, ਪਰ ਦੇਸ਼ ਦੀ ਵੰਡ ਤੋਂ ਬਾਅਦ ਕੁਝ ਰਾਏ ਸਿੱਖ ਬਰਾਦਰੀ, ਕੰਬੋਜ਼ ਬਰਾਦਰੀ, ਬਾਜੀਗਿਰ ਬਰਾਦਰੀ, ਕੁਝ ਜੱਟ ਸਿੱਖਾਂ ਨੇ ਇਸ ਨਾਚ ਨੂੰ ਮਰ ਨਹੀਂ ਦਿੱਤਾ, ਜਿਨ੍ਹਾਂ ਵਿੱਚ ਸਵਰਗੀਆ ਬਾਬਾ ਪੋਖਰ ਸਿੰਘ ਫਾਜ਼ਿਲਕਾ ਤਹਿਸੀਲ ਨੇ ਮੋਹਰੀ ਰੋਲ ਅਦਾ ਕੀਤਾ ਅਤੇ ਝੂਮਰ ਰਾਜ ਨੂੰ ਰਾਸ਼ਟਰੀ ਪੱਧਰ 'ਤੇ ਲੈ ਕੇ ਜਾਣ ਵਿੱਚ ਵਡੇਰਾ ਯੋਗਦਾਨ ਪਾਇਆ। ਆਓ ਬਾਬਾ ਪ੍ਰਤਾਪ ਸਿੰਘ ਉਰਫ ਸ਼ਹਿਨਸ਼ਾਹ ਕੀ ਕਹਿੰਦੇ ਨੇ ਇਸ ਝੂਮਰ ਬਾਰੇ। ਬਾਬਾ ਬਲਵੰਤ ਸਿੰਘ ਨੇ ਫਾਜ਼ਿਲਕਿਆਂ ਦੇ ਵਿੱਚ ਕੰਪ ਲਾਇਆ ਸੀ। ਅਸੀਂ ਉੱਥੇ ਇਕੱਠੇ ਹੋਏ ਘੱਟ ਤੋਂ ਘੱਟ 200 ਬੰਦਾ, 150 ਬੰਦਾ। ਉਸ ਲਈ ਅਸੀਂ ਫਿਰ ਖੇਡਾਂ 3-4-5 ਦਿਨ ਬਹੁਤ ਚੱਲੀਆਂ, ਬੜੇ ਟੋਲੀ ਸੀ ਉੱਥੇ ਇਕੱਠੇ ਹੋਏ ਹੋਏ। ਉਹ ਦਿਨਾਂ ਦੇ ਵਿੱਚੋਂ ਫਿਰ 4-5 ਦਿਨ ਅਸੀਂ ਖੇਡਦੇ ਰਹੇ, ਫਿਰ ਉਹਨਾਂ ਦੇ ਵਿੱਚੋਂ 35 ਬੰਦੇ ਸਿਲੈਕਟ ਕੀਤੇ ਗਏ, ਚਾਚਾ ਪੋਖਰ ਸਿੰਘ ਕੀਤਾ ਗਿਆ। ਉਸ ਦੇ ਨਾਲ ਅਸੀਂ ਜਿਹੜੇ ਟੀਮੀ ਆਸੇ ਕੋਈ ਵੱਖ ਵੱਖ ਟਾਣਿਆਂ ਤੋਂ ਪਿੰਡਾਂ, ਸਾਰਿਆਂ ਪਿੰਡਾਂ ਦੇ ਵਿੱਚੋਂ ਬੁਲਾਇਆ ਗਈਆਂ ਸੀ ਟੀਮਾਂ, ਅਤੇ ਉੱਥੇ ਬੜਾ ਇਕੱਠ ਰਿਹਾ। ਫਿਰ 35 ਬੰਦੇ ਜਿਹੜੇ ਸਿਲੈਕਟ ਹੋਏ, ਉਹ ਫਿਰ ਅਸੀਂ ਸਾਨਿਕਾਠ ਦੇ ਵਿੱਚ 26 ਜਨਵਰੀ 'ਤੇ ਝੂੰਬਰ ਪਾਈ। ਝੂਮਰ ਲੋਕ ਨਾਚ ਦੇ ਪਹਿਰਾਵੇ ਦੀ ਜੇਕਰ ਗੱਲ ਕਰੀਏ ਤਾਂ ਪੁਰਾਣੇ ਬਜ਼ੁਰਗਾਂ ਦੇ ਦੱਸਣ ਅਨੁਸਾਰ ਲੰਮੇ ਚੋਲੇ ਪਹਿਨੇ ਜਾਂਦੇ ਸਨ ਅਤੇ ਚਾਦਰਾ ਉਹ ਤੇੜ ਬੰਨਣ ਲਈ ਬੰਨਦੇ ਜੋ ਡੱਬੀਦਾਰ ਅਤੇ ਛੀਂਟਾਂ ਵਾਲਾ ਹੁੰਦਾ ਸੀ। ਸਿਰ 'ਤੇ ਤੁਰਲੇ ਵਾਲੀ ਲੰਮੇ ਲੜ ਵਾਲੀ ਪੱਗ ਬੰਨਦੇ ਸਨ ਅਤੇ ਪੈਰੀਂ ਜੁੱਤੀ ਉਹ ਵੀ ਨੋਕ ਵਾਲੀ ਪਾ ਕੇ ਨੱਚਦੇ ਸਨ। ਇਸ ਦੇ ਗਹਿਣਿਆਂ ਵਿੱਚ ਢੋਲਣਾ, ਤਵੀਤੀ, ਗਾਨਾ, ਘੁੰਗਰੂਆਂ ਦੀ ਸ਼ਮੂਲੀਅਤ ਹੁੰਦੀ ਸੀ। ਬਾਬਾ ਪੋਖਰ ਸਿੰਘ ਦੇ ਭਾਣਜੇ ਜਿਨ੍ਹਾਂ ਨੇ ਉਹਨਾਂ ਦੇ ਨਾਲ ਨੌਕਰੀ ਵੀ ਕੀਤੀ ਅਤੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਉਹਨਾਂ ਦੇ ਨਾਲ ਝੂਮਰ ਪਾਈ, ਦੇਸ਼ ਦੀਆਂ ਵੱਖ ਵੱਖ ਸਟੇਜਾਂ ਦੇ ਉੱਤੇ ਸਰਦਾਰ ਇਕਬਾਲ ਸਿੰਘ ਇਸ ਝੂਮਰ ਬਾਰੇ ਕੀ ਦੱਸਦੇ ਹਨ, ਆਓ ਸੁਣੀਏ ਉਹਨਾਂ ਦੇ ਵਿਚਾਰ। ਮੇਰਾ ਜਨਮ ਪਾਕਿਸਤਾਨ ਦਾ ਹੈ। ਉੱਧਰ ਛੋਟਾ ਜਿਹਾ ਸੀਗਾ ਤਾਂ ਇਹ ਝੂੰਬਰ ਪਾਉਂਦਿਆਂ ਨੂੰ ਵੇਖਦਾ ਸੀ। ਉਦੋਂ ਬਾਅਦ ਪਾਕਿਸਤਾਨ ਅਤੇ ਹਿੰਦੁਸਤਾਨ ਬਣਿਆ, ਇੱਧਰ ਆ ਗਏ। ਇੱਧਰ ਵੀ ਵਿਆਹ ਸ਼ਾਦੀ ਦਾ ਜਦੋਂ ਵੀ ਮੌਕਾ ਹੁੰਦਾ ਸੀ ਤਾਂ ਸਾਡੇ ਜਿਹੜੇ ਬਜ਼ੁਰਗ ਵੱਡੇ, ਅਸੀਂ ਵੀ ਛੋਟੇ ਛੋਟੇ ਨਾਲ ਝੂੰਬਰ ਪਾਉਂਦੇ ਸੀ, ਝੂੰਬਰ ਦਾ ਨਾਚ ਕਰਦੇ ਸੀਗੇ ਅਤੇ ਖੁਸ਼ੀ ਮਨਾਉਂਦੇ ਸੀ। ਉਸ ਤੋਂ ਬਾਅਦ ਸਾਨੂੰ ਸ਼ਿਮਲੇ ਦੇ ਵਿੱਚ ਨੌਕਰੀ ਮਿਲੀ ਸੀ, ਸੌਂਗ ਐਂਡ ਡਰਾਮਾ ਡਿਵੀਜ਼ਨ, ਮਿਨਿਸਟਰੀ ਆਫ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਵਿੱਚ। ਸਰਦਾਰ ਪੋਖਰ ਸਿੰਘ
ਮੈਨੂੰ ਅਤੇ ਇੱਕ ਸਰਦਾਰ ਕਿਰਪਾਲ ਸਿੰਘ ਸੀਗਾ, ਅਸੀਂ ਤਿੰਨਾਂ ਨੇ ਸ਼ਿਮਲੇ ਨੌਕਰੀ ਕੀਤੀ ਸੀ ਅਤੇ ਝੁੰਬਰ ਉੱਥੇ ਸਿਖਾਉਣ ਵਾਸਤੇ, ਝੁੰਬਰ ਪਾਉਣ ਵਾਸਤੇ ਅਸੀਂ ਉੱਥੇ ਗਏ ਸੀਗੇ। ਅਸੀਂ ਮਰਦਾਂ ਵਾਲਾ ਹੀ ਨਾਚ ਕਰਦੇ ਸੀਗੇ ਤਾਂ ਸਾਨੂੰ ਜਿਹੜਾ ਡਾਇਰੈਕਟਰ ਸੀਗਾ RS ਪੈਂਟਰ ਸਾਹਿਬ, ਉਹਨਾਂ ਨੇ ਕਿਹਾ ਕਿ ਇਸ ਨੂੰ ਹੋਰ ਸੋਹਣਾ ਬਣਾਉਣ ਵਾਸਤੇ ਤੁਸੀਂ ਕੋਈ ਨਵੀਂ ਚੀਜ਼ ਪੇਸ਼ ਕਰੋ ਜਿਹਦੇ ਵਿੱਚ ਕਿ ਕੋਈ ਕੁੜੀਆਂ ਵਾਲਾ ਵੀ ਸਾਂਗ ਹੋ ਜਾਵੇ। ਜਦੋਂ ਅਸੀਂ ਸ਼ਿਮਲੇ ਤੋਂ ਨੌਕਰੀ ਛੱਡ ਕੇ ਘਰ ਵਾਪਸ ਆਏ ਤਾਂ ਇੱਥੇ ਵੀ ਅਸੀਂ ਫਿਰ ਉਹ ਝੁੰਬਰ ਪਾਉਣੀ ਸੀਗੀ। ਇਸ ਝੁੰਬਰ ਨੂੰ ਹੋਰ ਸੋਹਣਾ ਬਣਾਉਣ ਵਾਸਤੇ ਜਿਹੜਾ ਸਾਨੂੰ ਉੱਥੋਂ ਹਦਾਇਤ ਹੋਈ ਸੀ ਵੀ ਤੁਸੀਂ ਕੁਝ ਨਵੇਂ ਨਵੇਂ ਚੀਜ਼ਾਂ ਵਿੱਚ ਪੇਸ਼ ਕਰੋ, ਤਾਂ ਉਹ ਪੇਸ਼ ਕਰਨ ਵਾਸਤੇ ਜਿਹੜੇ ਲੜਕੀਆਂ ਦੇ ਕੁਝ ਐਕਸ਼ਨ ਸੀਗੇ ਉਹ ਮਿਲਾਏ ਗਏ, ਜਿਹਨਾਂ ਨੂੰ ਕਿ ਪਿੱਛੇ ਅਸੀਂ ਸਟੇਜਾਂ 'ਤੇ ਵਿਖਾਉਂਦੇ ਰਹੇ। ਖੇਤੀਬਾੜੀ ਦੇ ਵੀ ਐਕਸ਼ਨ ਪਾਏ ਜਨਾਨੀਆਂ ਦੇ, ਜਿਸ ਤਰ੍ਹਾਂ ਕਿ ਚਰਖਾ ਕੱਟਣਾ, ਸੁਰਮਾ ਪਾਉਣਾ, ਰੋਟੀਆਂ ਪਕਾਉਣਾ, ਇਹ ਸਾਰੇ ਅਗਾਂਹ ਤੋਂ ਅਗਾਂਹ ਥੋੜ੍ਹੇ ਜਿਹੇ ਜਦੋਂ ਲੋਕ ਪਸੰਦ ਕਰਦੇ ਸੀ ਤਾਂ ਅਸੀਂ ਅਗਾਂਹ ਤੋਂ ਅਗਾਂਹ ਇਹ ਐਕਸ਼ਨ ਨਾਲ ਪਾਈ ਗਏ। ਝੂਮਰ ਬਾਰ ਦੀ ਧਰਤੀ ਦਾ ਜੱਦੀ ਲੋਕ ਨਾਚ ਹੈ, ਪਰ ਮੇਰੇ ਸਵਰਗੀ ਉਸਤਾਦ ਜੀ ਦੇ ਵੱਡੇ ਭਰਾ ਮਾਹੀ ਰਾਮ ਬਜ਼ੁਰਗ ਦੱਸਦੇ ਸਨ ਕਿ ਝੂਮਰ ਦੀਆਂ ਤਿੰਨ ਵੰਨਗੀਆਂ ਸਨ, ਰਾਵੀ ਦਾ ਝੂਮਰ, ਨੀਲੀ ਦਾ ਝੂਮਰ, ਲੰਮੇ ਦਾ ਝੂਮਰ। ਤਿੰਨੇ ਝੂਮਰਾਂ ਦੀ ਤਾਲ ਇੱਕ ਸੀ, ਪਰ ਰਾਵੀ ਦਾ ਝੂਮਰ ਬੜੇ ਸਹਿ ਸੁਭਾਅ ਮਿੱਠਾ ਸੀ। ਅਤੇ ਰਿਆਸਤ ਬਹਾਵਲਪੁਰ ਦੇ ਇਲਾਕੇ ਦੇ ਵਿੱਚ ਉਸਦੇ ਇਰਦ ਗਿਰਦ ਰਹਿੰਦੇ ਲੋਕ ਲੰਮੇ ਦਾ ਝੂਮਰ ਪਾਉਂਦੇ ਸਨ। ਅਤੇ ਜੋ ਰਾਵੀ ਸ਼ੇਖੂਪੁਰ ਦੇ ਇਲਾਕੇ ਦੇ ਵਿੱਚ ਲੋਕ ਰਹਿੰਦੇ ਸਨ ਉਹ ਨੀਲੀ ਦਾ ਝੂਮਰ ਥੋੜ੍ਹਾ ਜਿਹਾ ਤੇਜ਼ ਨੱਚਦੇ ਸਨ। ਝੂਮਰ ਲੋਕ ਨਾਚ ਦੇ ਖੋਜੀ ਡਾਕਟਰ ਨਾਰ ਸਿੰਘ ਇਸ ਬਾਰੇ ਕੀ ਕਹਿੰਦੇ ਨੇ? ਚਾਨਣੀਆਂ ਰਾਤਾਂ ਦੇ ਵਿੱਚ ਇਸ ਝੂਮਰ ਨੂੰ ਪਾਇਆ ਜਾਂਦਾ ਸੀ ਅਤੇ ਉਸ ਝੂਮਰ ਦੀ ਇੱਕ ਖਾਸ ਤਰ੍ਹਾਂ ਦੀ ਪਿਛੋਕੜ ਵਿੱਚੋਂ ਉਸਨੂੰ ਜਿਹਨੂੰ ਕਹੀਏ ਰੀਕੰਸਟਰਕਟ ਕੀਤਾ, ਉਹਦੀ ਪੁਨਰ ਉਸਾਰੀ ਕੀਤੀ, ਉਹਦੀਆਂ ਪ੍ਰਮਾਣਿਕ ਤਾਲਾਂ ਨੂੰ ਉਸਾਰਿਆ। ਇਸ ਝੂਮਰ ਦੀ ਪ੍ਰਮਾਣਿਕਤਾ ਮੈਂ ਇਸ ਗੱਲ ਵਿੱਚ ਮੰਨਦਾ ਕਿ ਇਹਦੇ ਵਿੱਚ ਜਿਹੜਾ ਪਿਛਲੇ ਸਮੇਂ ਝੂਮਰ 'ਚ ਸ਼ੋਰ ਵਧਿਆ, ਢੋਲ ਦੀਆਂ ਤਾਲਾਂ ਦੀ ਬਹੁਤ ਜ਼ਿਆਦਾ ਪਰਮੂਟੇਸ਼ਨ ਕੰਬੀਨੇਸ਼ਨ ਬਣਾਏ ਜਾਂ ਉਹਨਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ, ਉਹ ਸਾਰਾ ਕੱਢ ਦਿੱਤਾ ਗਿਆ। ਇਹਦੇ ਵਿੱਚ ਜਿਹੜਾ ਪੰਜਾਬੀਆਂ ਦੇ ਸਰੀਰ ਦੀ ਲਚਕ ਆ, ਉਹਨਾਂ ਦੀ ਸਮਤਾ ਅਤੇ ਉਹਨਾਂ ਦੀ ਅਦਾਕਾਰੀ ਆ, ਜਿਹੜੀ ਨ੍ਰਿਤ ਰੂਪ ਨੇ ਜਿਹੜੇ, ਉਹ ਵੱਧ ਤੋਂ ਵੱਧ ਉਸ ਰੂਪ ਦੇ ਨੇੜੇ ਹੋਇਆ। ਇਸ ਕਰਕੇ ਪੰਜਾਬੀ ਮੋਹਰਾਂ ਵਾਂਗ ਕਿਵੇਂ ਨੱਚਦੇ ਨੇ, ਦਰਿਆਵਾਂ ਦੇ ਕੰਢੇ ਵੱਸਦੇ ਪੰਜਾਬੀਆਂ ਦੇ ਤਨ ਜੁੱਸੇ ਕਿਵੇਂ ਲਹਿਰਦੇ ਨੇ, ਉਸ ਚੀਜ਼ ਨੂੰ ਇਸ ਝੂਮਰ ਦੀ ਵੰਨਗੀ ਵਿੱਚ ਵੇਖ ਕੇ ਸੱਚਮੁੱਚ ਬਹੁਤ ਖੁਸ਼ੀ ਹੁੰਦੀ ਆ। ਸਵਰਗੀਆ ਪੋਖਰ ਸਿੰਘ ਦੇ ਚਾਚਾ ਜੀ ਸਵਰਗੀਆ ਉੱਤਮ ਸਿੰਘ, ਜਿਨ੍ਹਾਂ ਨੂੰ ਮੈਂ ਉਹਨਾਂ ਦੀ ਢਾਣੀ ਝੋਟਿਆਂ ਵਾਲੀ ਵਿਖੇ 1987 ਦੇ ਵਿੱਚ ਉਹਨਾਂ ਦੇ ਦਰਸ਼ਨ ਕੀਤੇ ਤਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਪਾਕਿਸਤਾਨ ਦੇ ਵਿੱਚ ਇੱਕ ਮੁਸਲਮਾਨ ਸਾਧੂ ਖਾਂ ਜੋ ਝੂਮਰ ਗੱਤਦਾ ਸੀ ਅਤੇ ਲੋਕ ਪਾਕਿਸਤਾਨ ਦੇ ਵਿੱਚ ਕੰਜਰੀਆਂ ਦਾ ਮੁਜਰਾ ਛੱਡ ਕੇ ਸਾਧੂ ਦੀ ਝੂਮਰ ਵੇਖਣ ਆਉਂਦੇ ਸਨ ਅਤੇ ਸਰਦਾਰ ਪੋਖਰ ਸਿੰਘ ਵੀ ਉਸਦੀ ਝੂਮਰ ਵੇਖਦਾ ਅਤੇ ਘਰ ਆ ਕੇ ਗੱਤਦਾ। ਅੱਜ ਮੁਲਕ ਭਾਵੇਂ ਵੰਡੇ ਗਏ ਪਰ ਝੂਮਰ ਤਾਂ ਝੂਮਰ ਹੀ ਹੈ। ਸੋ ਆਓ ਪੋਖਰ ਸਿੰਘ ਦੇ ਸਮਕਾਲੀ ਬਾਬਾ ਨਦਾਨ ਸਿੰਘ ਕੀ ਕਹਿੰਦੇ ਨੇ? ਅਸੀਂ ਪਾਕਿਸਤਾਨ ਤੋਂ ਆਏ ਅਤੇ ਝੂਮਰਾਂ ਬਾਬੇ ਪੋਖਰ ਸਿੰਘ ਦੇ ਨਾਲ ਹੀ ਖੇਡਦੇ ਆਏ। ਹੋਰ ਸਾਡੇ ਜਿਹੜੇ ਕਬੀਲੇ ਕਮੋ ਸਿੱਖ, ਬਾਜੀਗਾਰ, ਉਹ ਰਾਏ ਸਿੱਖ ਬੈਦਰੀ, ਇਹ ਜੋ ਸਾਰੇ ਰਲ ਕੇ ਝੂਮਰਾਂ ਅਸੀਂ ਖੇਡਦੇ ਸਾਂ। ਇਹ ਮਰਦਾਂ ਦਾ ਨਾਚ ਹੈ ਔਰ ਇਹ ਆਦਮੀ ਖੇਡ ਸਕਦੇ ਨੇ, ਜਨਾਨੀਆਂ ਇਹ ਨਹੀਂ ਖੇਡ ਸਕਦੇ। Thank you.
ਦਰਬਾਰ ਦੇ ਇਲਾਕੇ ਦੇ ਹਰ ਪਿੰਡ ਵਿੱਚ ਝੂਮਰ ਨਾਚ ਮਕਬੂਲ ਸੀ ਅਤੇ ਜਿਹੜਾ ਮੇਲਾ ਲੱਗਦਾ ਉੱਥੇ ਝੂਮਰ ਦੇ ਮੁਕਾਬਲੇ ਹੁੰਦੇ ਜੈਲਦਾਰ ਚੌਧਰੀ ਇਹਨਾਂ ਦੀ ਸਰਪ੍ਰਸਤੀ ਕਰਦੇ ਉਸ ਧਰਤੀ ਦੇ ਜੰਮਪਲ ਸਰਦਾਰ ਚਰਨ ਸਿੰਘ ਸਿੰਦਰਾ ਇਸ ਬਾਰੇ ਕੀ ਦੱਸਦੇ ਹਨ ਅਲਮਸਤ ਲੋਕ ਨਾਚ ਜੰਗਲ ਦਾ ਜਿਹੜਾ ਹੈ ਉਹ ਝੂਮਰ ਹੈ ਝੂਮਰ ਇਹ ਲਫਜ਼ ਐਸਾ ਹੈ ਜਿਹਦੇ ਵੀ ਤਸੱਵਰ ਵਿੱਚ ਜਾਂ ਤਖੈਲ ਵਿੱਚ ਆਉਂਦਾ ਹੈ ਇਸ ਦੀ ਆਪਣੀ ਤਸਵੀਰ ਬਣ ਜਾਂਦੀ ਹੈ ਝੂਮਰ ਲਾਇਲਪੁਰ ਤੋਂ ਲਾਹੌਰ ਨੂੰ ਜਾਂਦਿਆਂ ਹੋਇਆ ਪਹਿਲਾ ਸਟੇਸ਼ਨ ਗੱਟੀ ਸੀ ਦੂਸਰਾ ਸਟੇਸ਼ਨ ਝੂਮਰਾ ਸੀ ਚੱਕ ਝੂਮਰਾ ਝੂਮਰ ਦੇ ਬੱਚੇ ਚੱਕ ਝੂਮਰੇ ਦੇ ਬੱਚੇ ਛੋਟੇ ਹੁੰਦਿਆਂ ਨਾਲੇ ਖੇਡਾਂ ਖੇਡਣੀਆਂ ਨਾਲੇ ਉਹਨਾਂ ਨੇ ਝੂਮਰ ਖੇਡਣਾ ਉਹ ਕਹਿੰਦੇ ਹੁੰਦੇ ਸਨ ਇੱਲ ਚੜ੍ਹੀ ਅਸਮਾਨ ਝੂਮਰ ਪਾ ਕੇ ਬਿੱਲੀ ਰਿੱਧਾ ਸਾਗ ਅੱਲਣ ਪਾ ਕੇ ਅਤੇ ਚੂਹੇ ਬੈਠੇ ਖਾਣ ਪੱਗਾਂ ਲਾ ਕੇ ਅਤੇ ਝੂਮਰੀ ਮਾਰੇ ਝੂਮਰ ਢੋਲ ਵਜਾ ਕੇ 1958 ਦੀ ਗੱਲ ਹੈ ਮੈਂ ਲੋਕ ਸੰਪਰਕ ਵਿਭਾਗ ਵਿੱਚ ਡਰਾਮਾ ਇੰਸਪੈਕਟਰ ਸਾਂ ਸਰਦਾਰ ਪ੍ਰਤਾਪ ਸਿੰਘ ਕੈਰੋਂ ਜਿਨ੍ਹਾਂ ਨੂੰ ਪੰਜਾਬ ਦਾ ਉਹ ਸੁਰੱਈਆ ਕਹਿੰਦੇ ਨੇ ਸੁਪਨੇ ਸਾਜ਼ ਮੁੱਖ ਮੰਤਰੀ ਸੀ ਉਹਨਾਂ ਪਹਿਲੀ ਵਾਰੀ ਇੱਕ ਮੀਟਿੰਗ ਬੁਲਾਈ 1958 ਵਿੱਚ ਕਿ ਪੰਜਾਬ ਦੇ ਲੋਕ ਨਾਚ ਨੂੰ ਸਾਂਭਿਆ ਜਾਏ ਭੰਗੜਾ ਤਾਂ ਹੈ ਲੇਕਿਨ ਝੂਮਰ ਜਿਹੜਾ ਹੈ ਉਸ ਦੀ ਦੇਖਭਾਲ ਪੜਚੋਲ ਕਰੋ ਖੋਜ ਕਰੋ ਕਿੱਥੇ ਨੇ ਇਹ ਚੱਲਦਾ ਚੱਲਦਾ ਅੱਜ 2009 ਵਿੱਚ 62-63 ਸਾਲ ਬਾਅਦ ਇਸ ਨੂੰ ਫਲ ਜੇ ਲੱਗਾ ਹੈ ਸਵਾਰਿਆ ਹੈ ਅਤੇ ਪੰਜਾਬੀ ਯੂਨੀਵਰਸਿਟੀ ਦੇ ਵਿਹੜੇ ਦੇ ਵਿੱਚ ਇਹ ਜਿਹੜਾ ਝੂਮਰ ਹੈ ਜਿਹੜਾ ਹੁਣ ਤਿਆਰ ਕੀਤਾ ਹੈ ਇਹ ਨਰੋਲ ਪੰਜਾਬ ਦਾ ਲੋਕ ਨਾਚ ਜਿਹਦੇ ਵਿੱਚ ਰਾਏ ਸਿੱਖਾਂ ਦੇ ਬਾਜ਼ੀਗਰਾਂ ਦੇ ਕੰਬੋ ਯਾਨੀ ਮਿਹਨਤ ਕਸ਼ ਜਫਾਕਸ਼ ਕਾਸ਼ਤਕਾਰ ਜਿਹੜੇ ਬਰਾਦਰੀਆਂ ਸਨ ਉਹਨਾਂ ਦੇ ਹਾਵ ਭਾਵ ਮੁਲਤਾਨੀਆਂ ਦੇ ਰਾਵਲ ਪਿੰਡੀਆਂ ਵਾਲਿਆਂ ਦੇ ਚਨਾਹ ਦੇ ਰਾਵੀ ਦੇ ਕੰਢੇ ਵਸਣ ਵਾਲਿਆਂ ਦੇ ਸਾਰੇ ਹਾਵ ਭਾਵ ਅਤੇ ਉਹਨਾਂ ਦੇ ਜੋ ਐਕਸ਼ਨ ਆ ਸੋਕਰਮ ਹਨ ਉਹ ਸਾਰੇ ਇਹਨਾਂ ਵਿੱਚ ਪਾਏ ਗਏ ਅਸੀਂ ਇਸ ਪ੍ਰੋਜੈਕਟ ਦੇ ਜ਼ਰੀਏ ਇਹ ਕੋਸ਼ਿਸ਼ ਕੀਤੀ ਹੈ ਕਿ ਇਸ ਝੂਮਰ ਦੇ ਸਾਰੇ ਸਰੂਪਾਂ ਨੂੰ ਇਕੱਠਾ ਕਰਕੇ ਇਸ ਦੀ ਸਹੀ ਦਿਸ਼ਾ ਆਪਣੀ ਆਉਣ ਵਾਲੀ ਪਨੀਰੀ ਨੂੰ ਦੱਸਣ ਲਈ ਸਾਂਭ ਸਕੀਏ ਕਿ ਬਾਬਾ ਪੋਖਰ ਸਿੰਘ ਬਰਾਦਰੀ ਦੇ ਐਕਸ਼ਨ ਜੰਮੂ ਰਾਮ ਅਤੇ ਚਾਂਦੀ ਰਾਮ ਕਮੋਜ਼ ਬਰਾਦਰੀ ਦੇ ਐਕਸ਼ਨ ਅਤੇ ਸਨਾਮ ਦੀ ਧਰਤੀ 'ਤੇ ਵਸੇ ਬਾਬਾ ਮੰਗਲ ਗਿਰ ਅਤੇ ਮਾਹੀ ਰਾਮ ਅਤੇ ਪਾਕਿਸਤਾਨ ਦੀ ਧਰਤੀ 'ਤੇ ਝੂਮਰ ਦੇ ਕੁਝ ਐਕਸ਼ਨ ਜਿਹੜੇ ਇਕੱਠੇ ਕੀਤੇ ਹਨ ਵੱਖ ਵੱਖ ਲੋਕ ਵੱਖ ਵੱਖ ਬਰਾਦਰੀਆਂ ਇਸ ਨੂੰ ਕਿਵੇਂ ਨੱਚਦੀਆਂ ਸਨ ਉਸ ਵਨਗੀ ਨੂੰ ਅਸੀਂ ਇੱਕ ਕੰਪਾਈਲ ਕਰਕੇ ਤਿਆਰ ਕੀਤਾ ਹੈ ਲੋਕ ਨਾਚਾਂ ਦੇ ਬੜੇ ਹੀ ਮਾਹਰ ਮਾਸਟਰ ਹਰਭਜਨ ਸਿੰਘ ਜਿਨ੍ਹਾਂ ਨੇ 1961 ਦੇ ਵਿੱਚ ਇਸ ਲੋਕ ਨਾਚ ਦੀ ਪ੍ਰਤੀਨਿਧਤਾ ਰਿਪਬਲਿਕ ਡੇ ਪਰੇਡ ਦਿੱਲੀ 'ਤੇ ਕੀਤੀ ਉਹ ਕੀ ਕਹਿੰਦੇ ਹਨ ਮੈਂ ਝੂਮਰ ਇਹਨਾਂ ਕੋਲੋਂ 1960 ਵਿੱਚ ਸਿੱਖੀ ਉਦੋਂ ਅਜੇ ਝੂਮਰ ਬਕਾਇਦਾ ਸਟੇਜ 'ਤੇ ਨਹੀਂ ਸੀ ਆਈ 1960 ਵਿੱਚ ਪੰਜਾਬ ਸਰਕਾਰ ਨੇ ਇੱਕ ਫੈਸਲਾ ਕੀਤਾ ਵੀ ਇਸ ਸਾਲ 1961 ਵਿੱਚ ਜੋ ਝੂਮਰ ਦੀ ਪਾਰਟੀ ਹੈ ਉਹ RD ਦੇ ਰਿਪਬਲਿਕ ਪਰੇਡ 'ਤੇ ਦਿੱਲੀ ਵਿੱਚ ਸ਼ਾਮਿਲ ਹੋਵੇਗੀ ਅਤੇ ਉਹਦੀ ਲੋੜ ਪਈ ਵੀ ਉਹ ਨਚਾਰ ਕਿੱਥੋਂ ਲੱਭੇ ਜਾਣ ਕਿੱਥੋਂ ਇਕੱਠੇ ਕੀਤੇ ਜਾਣ ਫਿਰ ਪੰਜਾਬ ਸਰਕਾਰ ਨੇ ਆਪਣੇ ਪਬਲਿਕ ਐਕਸ਼ਨ ਡਿਪਾਰਟਮੈਂਟ ਰਾਹੀਂ ਪੂਰੇ ਪੰਜਾਬ 'ਚ ਹੋਕਾ ਦਿੱਤਾ ਪੂਰੇ ਪੰਜਾਬ 'ਚ ਫੇਰੀ ਲਾਈ ਵੀ ਕਿੱਥੋਂ ਨਜ਼ਰ ਆਉਣਗੇ ਫਿਰ ਉਹਨਾਂ ਨੇ ਟਰੇਸ ਕੀਤਾ ਜਾਂ ਲੋਕਾਂ ਨੂੰ ਫਾਜ਼ਿਲਕਾ ਦੇ ਵਿੱਚ ਰਿਦਮ ਤਾਂ ਢੋਲ ਦੀ ਇੱਕੋ ਹੀ ਹੁੰਦੀ ਹੈ
ਪਰ ਉਹਦੇ ਵਿੱਚ ਜਿਹੜੇ ਐਕਸ਼ਨ ਨੇ ਉਹ ਕਿਸੇ ਪਿੰਡ ਦੇ ਹੋਰ ਤਰ੍ਹਾਂ ਦੇ ਹੁੰਦੇ ਨੇ, ਕਿਸੇ ਪਿੰਡ ਦੇ ਹੋਰ ਤਰ੍ਹਾਂ ਹੁੰਦੇ ਨੇ। ਇਸ ਤਰ੍ਹਾਂ ਇੰਡੀਵਿਜੁਅਲ ਪਰਫਾਰਮੈਂਸ ਇਹ ਝੁੰਮਰ ਵਿੱਚ ਕਿ ਇੱਕ ਇੰਡੀਵਿਜੁਅਲ ਪਰਫਾਰਮਰ ਵੀ ਹੁੰਦਾ ਜਿਹੜਾ ਕਿ ਇਕੱਲਾ ਇਕੱਲਾ ਆ ਕੇ ਨੱਚਦਾ। ਉਹ 'ਚ ਉਹਦਾ ਵੀ ਰੰਗ ਆਪਣੇ ਆਪਣਾ ਰੰਗ ਹੁੰਦਾ, ਜਿਵੇਂ ਬਾਬੇ ਪੁੱਖ ਦਾ ਆਪਣਾ ਰੰਗ ਸੀ, ਸ਼ਾਦੀ ਰਾਮ ਹਰਾਉਂਦਾ, ਜੰਮੂ ਰਾਮ ਹਰਾਉਂਦਾ, ਛਾਤਰ ਸਿੰਘ ਫੌਜੀ ਹਰਾਉਂਦਾ, ਜਗ ਸਿੰਘ ਹਰਾਉਂਦਾ, ਉਹਨਾਂ ਦਾ ਆਪਣਾ ਰੰਗ ਸੀ। ਇਸ ਵਾਸਤੇ ਇੰਡੀਵਿਜੁਅਲ ਪਰਫਾਰਮ ਇਹਨਾਂ ਦੀ ਆਪੋ ਆਪਣੀ ਸੀ, ਆਪਣਾ ਗਰੁੱਪ ਵੀ ਆਪੋ ਆਪਣੇ ਤਰਜਦਾ ਸੀਗਾ ਅਤੇ ਝੁੰਮਰ ਵੀ ਆਪਣੀ ਤਰਜ ਸੀ। ਲੋਕ ਨਾਚ ਝੂਮਰ ਦੇ ਇੱਕ ਆਈਕਨ ਦੇ ਤੌਰ 'ਤੇ ਜਾਣੇ ਜਾਂਦੇ ਬਾਬਾ ਪੋਖਰ ਸਿੰਘ ਦੇ ਪਰਿਵਾਰ ਨੇ ਇਸ ਨੂੰ ਸਾਂਭਣ ਦੇ ਵਿੱਚ ਜੋ ਉਪਰਾਲੇ ਕੀਤੇ, ਉਹਨਾਂ ਦੇ ਪੁੱਤਰ ਵੀ ਅੱਗੋਂ ਇਸ ਉਪਰਾਲੇ ਨੂੰ ਨਿਰੰਤਰ ਜਾਰੀ ਰੱਖ ਰਹੇ ਹਨ। ਸਰਦਾਰ ਕੁਲਵੰਤ ਸਿੰਘ ਅਤੇ ਗਾਹਾਂ ਕੁਲਵੰਤ ਸਿੰਘ ਦੇ ਬੇਟੇ ਉਹ ਵੀ ਝੂਮਰ ਨੱਚ ਰਹੇ ਨੇ। ਸੋ ਉਹ ਇਸ ਝੂਮਰ ਬਾਰੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਰਹੇ ਨੇ। ਝੂਮਰ ਲੋਕ ਨਾਚ ਨੂੰ ਆਪਣੇ ਮਰਦੇ ਸਮੇਂ ਤੱਕ ਜਾਰੀ ਰੱਖਿਆ, ਵੱਖ ਵੱਖ ਥਾਵਾਂ 'ਤੇ ਸਟੇਜਾਂ 'ਤੇ ਪਰਫੋਰਮੈਂਸ ਦਿੱਤੀ। ਉਹ ਸਾਨੂੰ ਦੱਸਦੇ ਸਨ ਕਿ ਇਹ ਜਿਹੜਾ ਲੋਕ ਨਾਚ ਹੈ ਇਹ ਆਪਣੇ ਵੱਡੇ ਵਡੇਰੇ ਖੇਡਦੇ ਸਨ ਜਦੋਂ ਇਹ ਹਰ ਖੁਸ਼ੀ ਦੇ ਮੌਕੇ 'ਤੇ ਰਾਵੀ ਦੇ ਕੰਢੇ 'ਤੇ ਸਾਂਦਲਵਾਰ ਦੇ ਇਲਾਕੇ ਦੇ ਵਿੱਚ ਸਾਡੇ ਪੁਰਖ ਜਿਹੜੇ ਵੱਸੇ ਹੋਏ ਸਨ ਉਹ ਜਦੋਂ ਵੀ ਕੋਈ ਖੁਸ਼ੀ ਦਾ ਮੌਕਾ ਆਉਂਦਾ ਸੀ ਜਿਵੇਂ ਕਿ ਸ਼ਿਕਾਰ ਖੇਡਣਾ, ਸ਼ਿਕਾਰ ਕੋਈ ਮਾਰ ਲੈਣਾ ਤਾਂ ਉਸ ਦੀ ਖੁਸ਼ੀ ਦੇ ਵਿੱਚ ਉਸ ਦੇ ਦੁਆਲੇ ਸਾਰੀ ਸਾਰੀ ਰਾਤ ਢੋਲ 'ਤੇ ਨੱਚਣਾ। ਉਸ ਤੋਂ ਬਾਅਦ ਵਿਆਹ ਸ਼ਾਦੀ ਜਾਂ ਹੋਰ ਕੋਈ ਖੁਸ਼ੀ ਦੇ ਮੌਕੇ 'ਤੇ ਅਸੀਂ ਇਹ ਝੂਮਰ ਪਾਉਂਦੇ ਸੀ। ਉਸ ਤੋਂ ਬਾਅਦ ਇਹਦਾ ਸਟੇਜੀਕਰਨ ਕਰਕੇ ਅਤੇ ਇਹਨਾਂ ਨੂੰ ਸਟੇਜ 'ਤੇ ਪਰਫੋਰਮੈਂਸ ਅਸੀਂ ਦੇਣ ਲੱਗ ਗਏ। ਹੁਣ ਉਹਨਾਂ ਦੇ ਮਰਨ ਤੋਂ ਬਾਅਦ ਇਹ ਹਾਲੇ 'ਤੇ ਵੀ ਅਸੀਂ ਸਟੇਜ 'ਤੇ ਪਰਫੋਰਮੈਂਸ ਕਰਦੇ ਹਾਂ। ਪਰ ਇਹ ਜਿਹੜਾ ਇਹ ਨਾਚ ਇਹ ਇਕੱਲਾ ਮਰਦਾਂ ਦਾ ਨਾਚ ਹੈ, ਇਹਦੇ ਵਿੱਚ ਔਰਤਾਂ ਲਈ ਕੋਈ ਜਗ੍ਹਾ ਨਹੀਂ ਹੈ। ਬਾਬਾ ਪੋਖਰ ਸਿੰਘ ਦੇ ਨਾਲ ਉਸ ਸਮੇਂ ਬੋਲੀਆਂ ਪਾਉਣ ਵਾਲੇ ਅਤੇ ਉਹਨਾਂ ਦੇ ਅੰਗ ਸੰਗ ਹੋ ਕੇ ਨੱਚਣ ਵਾਲੇ ਮਾਸਟਰ ਜਸਵੰਤ ਸਿੰਘ ਨੂੰ ਵੀ ਅਸੀਂ ਜਦੋਂ ਕਿਹਾ ਕਿ ਅਸੀਂ ਇਸ ਤਰ੍ਹਾਂ ਦਾ ਪ੍ਰੋਜੈਕਟ ਕਰ ਰਹੇ ਹਾਂ, ਉਹ ਆਪਣੇ ਸਾਰੇ ਕੰਮ ਛੱਡ ਕੇ, ਸਾਰੇ ਰੁਝੇਵੇਂ ਛੱਡ ਕੇ ਸਾਡੇ ਇਸ ਪ੍ਰੋਜੈਕਟ ਦੇ ਵਿੱਚ ਸ਼ਾਮਿਲ ਹੋਏ। ਅਤੇ ਮਾਸਟਰ ਜਸਵੰਤ ਸਿੰਘ ਕੀ ਕਹਿੰਦੇ ਨੇ? ਮੇਰੇ ਪਿੰਡ ਵਿੱਚ ਸਾਡੇ ਵੱਡੇ ਬਜ਼ੁਰਗ ਇਸ ਝੂਮਰ ਲੋਕ ਨਾਚ ਨੂੰ ਵਿਆਹ ਸ਼ਾਦੀਆਂ 'ਤੇ ਨੱਚਦੇ ਸਨ। ਬਾਬਾ ਜੀ ਦੀ ਟੀਮ ਦੇ ਵਿੱਚ, ਬਾਬਾ ਪੋਖਰ ਸਿੰਘ ਜੀ ਦੀ ਟੀਮ ਦੇ ਵਿੱਚ ਜਵਾਲਾ ਸਿੰਘ, ਮਾਲਾ ਸਿੰਘ ਸਾਡੇ ਪਿੰਡ ਦੇ ਮੈਂਬਰ ਰਹੇ ਹਨ। ਤਾਂ ਅਸੀਂ ਵੀ ਉਹਨਾਂ ਨੂੰ ਛੋਟੇ ਹੁੰਦੇ ਉਹਨਾਂ ਨੂੰ ਵੇਖਦੇ ਅਤੇ ਅਸੀਂ ਵੀ ਝੂਮਰ ਨੱਚਦੇ। ਰਾਵੀ ਦੀ ਝੂਮਰ ਜਿਸ ਦੇ ਬਾਰੇ 'ਚ ਲੋਕਾਂ ਨੇ ਦੱਸਿਆ ਕਿ ਇਹ ਬੜੀ ਟਕਾਂ ਦੇ ਨਾਲ ਪਾਈ ਜਾਂਦੀ ਹੈ, ਬੜੀ ਝੂਮ ਝੂਮ ਕੇ ਪਾਈ ਜਾਂਦੀ ਹੈ, ਸੋ ਆਓ ਰਾਵੀ ਦੀ ਝੂਮਰ ਦਾ ਇੱਕ ਨਮੂਨਾ ਵੇਖੀਏ। ਝੂਮਰ ਜਿਸ ਦੇ ਵਿੱਚ ਇੱਕ ਤਾੜੀ, ਜਿਸਨੂੰ ਕਿ ਇੱਕ ਤਾੜੀ ਝੂਮਰ ਨਾਲ ਲੋਕ ਜਾਣਦੇ ਨੇ, ਅਤੇ ਸਾਡੇ ਵੱਖ ਵੱਖ ਭੰਗੜਿਆਂ ਦੇ ਵਿੱਚ ਵੀ ਅਕਸਰ ਨੌਜਵਾਨਾਂ ਨੇ ਇਸ ਦੀ ਸ਼ਮੂਲੀਅਤ ਕੀਤੀ ਹੈ। ਸੋ ਅਸੀਂ ਇਸ ਕੰਪਾਈਲੇਸ਼ਨ ਦੇ ਜ਼ਰੀਏ ਉਹ ਜੋ ਇਸ ਇੱਕ ਤਾੜੀ ਝੂਮਰ ਨੂੰ ਸਾਡੇ ਨੌਜਵਾਨਾਂ ਨੇ ਜੋ ਉਹਦੇ ਵਿੱਚ ਆਪਦੇ ਐਕਸ਼ਨਸ, ਜੋ ਉਸਦੇ ਵਿੱਚ ਆਪਦੇ ਜੈਸਚਰਸ, ਜੋ ਉਸਦੇ ਵਿੱਚ ਗਰੇਸ ਦਿਖਾਈ ਹੈ,